ਪਿਆਰੇ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਇਸ ਦੇ ਵਿੱਚ ਕਲਾਸ 8ਵੀਂ ਸਾਇੰਸ ਦੀ ਪ੍ਰੈਕਟਿਸ ਸ਼ੀਟ 7ਵੀਂ ਜੋ ਹੈ ਉਸਦੇ ਕੁਸ਼ਚਨ ਡਿਸਕਸ ਕੀਤੇ ਜਾਣਗੇ, ਅਤੇ ਨਾਲ ਤੁਸੀਂ ਇਹ ਵੀ ਧਿਆਨ 'ਚ ਰੱਖਣਾ ਆ ਕਿ ਜੋ ਅੱਜ 1 ਤੋਂ ਲੈ ਕੇ ਟੋਟਲ 8 ਤੱਕ ਜੋ ਪ੍ਰੈਕਟਿਸ ਸ਼ੀਟ ਸਾਡੇ ਕੋਲ ਆ ਜਾਣਗੀਆਂ, ਇਹਨਾਂ 8 ਪ੍ਰੈਕਟਿਸ ਸ਼ੀਟਾ�ں ਦੇ ਵਿੱਚੋਂ ਤੁਹਾਨੂੰ ਜੋ ਸਾਇੰਸ ਦੇ ਮਲਟੀਪਲ ਚੁਆਇਸ ਕੁਸ਼ਚਨ ਬਣਨੇ ਨੇ, ਇਹਨਾਂ ਦੇ ਵਿੱਚੋਂ ਉਹ ਕੁਸ਼ਚਨ ਆਣਗੇ। ਅਤੇ ਜੋ 29 ਸਤੰਬਰ ਨੂੰ ਸਾਡਾ CEP ਦਾ ਪੇਪਰ ਹੋਣਾ ਸੀ, ਉਹ ਜੋ ਸਾਡਾ ਸਾਇੰਸ ਦਾ ਪੇਪਰ ਹੋਏਗਾ ਸਤੰਬਰ ਟੈਸਟ, ਉਸ ਦੇ ਵਿੱਚੋਂ ਹੀ ਜਿਹੜੇ ਕੁਸ਼ਚਨ ਨੇ ਉਹਨਾਂ ਤੋਂ ਰਿਜ਼ਲਟ ਇਹਨਾਂ ਦਾ ਤਿਆਰ ਕਰਿਆ ਜਾਣਾਗਾ। ਤਾਂ ਤੁਸੀਂ ਆਪਣਾ ਜੋ ਪੇਪਰ ਆ ਉਹ ਧਿਆਨ ਨਾਲ ਕਰਨਾਗਾ। ਸ਼ੁਰੂ ਕਰਦੇ ਹਾਂ। ਪਹਿਲਾ ਕੁਸ਼ਚਨ ਹੈ, ਜਿਮ ਕਾਰਬੇਟ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ? ਜਿਮ ਕਾਰਬੇਟ ਨੈਸ਼ਨਲ ਪਾਰਕ ਕਿਹੜੇ ਰਾਜ ਵਿੱਚ ਸਥਿਤ ਹੈ? ਇਸਦਾ ਆਂਸਰ ਹੈ ਉੱਤਰਾਖੰਡ। ਉੱਤਰਾਖੰਡ ਦੇ ਵਿੱਚ ਇਹ ਜੋ ਪਾਰਕ ਹੈ ਪਾਇਆ ਜਾਂਦਾ ਗਾ। ਦੂਜਾ ਕੁਸ਼ਚਨ, ਹੇਠ ਲਿਖਿਆਂ ਵਿੱਚੋਂ ਰਾਸ਼ਟਰੀ ਜਲੀ ਜੀਵ ਕਿਹੜਾ ਹੈ? ਸਾਡਾ ਜੋ ਨੈਸ਼ਨਲ ਐਕੁਐਟਿਕ ਐਨੀਮਲ ਹੈ ਇਹ ਕੌਣ ਹੈਗਾ? ਡੋਲਫਿਨ। ਇਹਦਾ ਪੂਰਾ ਨਾਮ ਹੈ ਗੈਂਗਿਸ ਡੋਲਫਿਨ। ਠੀਕ ਹੈ, ਜੋ ਗੰਗਾ ਨਦੀ ਦੇ ਵਿੱਚ ਡੋਲਫਿਨ ਪਾਈ ਜਾਂਦੀ ਹੈ ਉਸ ਨੂੰ ਨੈਸ਼ਨਲ ਐਕੁਐਟਿਕ ਐਨੀਮਲ ਦੁਆਰਾ ਡਿਕਲੇਅਰ ਕੀਤਾ ਵੀ ਹੈ। ਤੀਜਾ ਕੁਸ਼ਚਨ ਹੈ, ਪੰਜਾਬ ਵਿੱਚ ਕਾਲਾ ਹਿਰਨ ਕਿੱਥੇ ਪਾਇਆ ਜਾਂਦਾ? ਬਲੈਕ ਬੱਕ ਪੰਜਾਬ 'ਚ ਕਿੱਥੇ ਮਿਲਦਾ ਗਾ? ਤਾਂ ਜੋ ਸਾਡੀ ਹਬੋਰ ਦੇ ਵਿੱਚ ਸੈਂਚੁਰੀ ਹੈ ਉੱਥੇ ਇਹ ਬਲੈਕ ਬੱਕ ਕਾਲਾ ਹਿਰਨ ਪਾਇਆ ਜਾਂਦਾ ਹੈ। ਚੌਥਾ ਕੁਸ਼ਚਨ, ਅਜਿਹੀ ਕਿਤਾਬ ਜਿਸ ਵਿੱਚ ਜੀਵਾਂ ਦੇ ਖਤਰੇ ਦੀ ਕਗਾਰ ਵਾਲੀਆਂ ਪ੍ਰਜਾਤੀਆਂ ਦੇ ਵੇਰਵੇ ਹੁੰਦੇ ਹਨ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਤਾਂ ਇਸ ਬੁੱਕ ਦਾ ਨਾਮ ਹੁੰਦਾ ਹੈ ਰੈੱਡ ਡਾਟਾ ਬੁੱਕ। ਇਹਦੇ ਵਿੱਚ ਜਿੰਨੇ ਵੀ ਐਂਡੇਂਜਰਡ ਸਪੀਸੀਜ਼ ਹੈ, ਖਤਰੇ ਦੀ ਕਗਾਰ ਵਾਲੀਆਂ ਪ੍ਰਜਾਤੀਆਂ ਜੋ ਵਿਲੁਪਤ ਹੋ ਗਈਆਂ ਜਾਂ ਫਿਰ ਲੁਪਤ ਹੋਣ ਵਾਲੀਆਂ ਹੈ, ਠੀਕ ਹੈ, ਇਹਨਾਂ ਸਾਰੀਆਂ ਦਾ ਰਿਕਾਰਡ ਹੁੰਦਾ ਗਾ, ਪੌਦਿਆਂ ਦਾ ਵੀ, ਜਾਨਵਰਾਂ ਦਾ ਵੀ, ਸਭ ਕਾਸੇ ਦਾ। ਪੰਜਵਾਂ ਹੈ, ਜੈਵਿਕ ਵਿਭਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ, ਤੇ ਇਹ ਮਨਾਇਆ ਜਾਂਦਾ ਹੈ 22 ਮਈ ਨੂੰ। ਛੇਵਾਂ ਕੁਸ਼ਚਨ, ਸਾਲ 2022 ਦੇ ਰਾਸ਼ਟਰੀ ਸਰਵੇਖਣ ਅਨੁਸਾਰ ਭਾਰਤ ਵਿੱਚ ਕਿੰਨੇ ਰਾਸ਼ਟਰੀ ਪਾਰਕ ਹਨ? ਨੈਸ਼ਨਲ ਪਾਰਕ ਦੀ ਗਿਣਤੀ ਦੱਸਣੀ ਹੈ ਆਪਾਂ, ਤਾਂ 2022 ਦੇ ਅਕੋਰਡਿੰਗ ਇਹ ਨੈਸ਼ਨਲ ਪਾਰਕ ਕਿੰਨੇ ਸੀ? 106। ਸੱਤਵਾਂ ਕੁਸ਼ਚਨ, ਜੰਗਲ ਨਸ਼ਟ ਹੋਣ ਦੇ ਕੀ ਕਾਰਨ ਹੈ? ਜੰਗਲ ਕਿਉਂ ਨਸ਼ਟ ਹੁੰਦੇ ਆ? ਰੁੱਖਾਂ ਦੀ ਕਟਾਈ ਕਰਕੇ ਸਹੀ ਆ, ਘਰ ਬਣਾਉਣ ਲਈ ਜੰਗਲ ਦੀ ਕਟਾਈ ਇਹ ਵੀ ਸਹੀ ਆ, ਖੇਤੀ ਲਈ ਭੂਮੀ ਪੱਧਰ ਭੂਮੀ ਨੂੰ ਪੱਧਰਾ ਕਰਨ ਲਈ ਰੁੱਖਾਂ ਦੀ ਕਟਾਈ ਇਹ ਵੀ ਠੀਕ ਹੈ। ਤਾਂ ਇਸਦਾ ਆਂਸਰ ਆਏਗਾ ਉਪਰੋਕਤ ਸਾਰੇ। ਇਹਨਾਂ ਸਾਰੇ ਕਾਰਨਾਂ ਕਰਕੇ ਹੀ ਜੋ ਜੰਗਲ ਆ ਉਹ ਨਸ਼ਟ ਹੁੰਦੇ ਆ। ਉਸ ਤੋਂ ਬਾਅਦ ਵਿੱਚ, ਉਹ ਦਾ ਫੋਲਿੰਗ ਐਨੀਮਲਸ 100% ਪਾਪੂਲੇਸ਼ਨ ਫਾਊਂਡ ਇਨ ਇੰਡੀਆ, ਕਿਹੜੇ ਜੀਵ ਦੀ 100% ਆਬਾਦੀ ਭਾਰਤ ਵਿੱਚ ਪਾਈ ਜਾਂਦੀ ਆ? ਇਹ ਹੈਗਾ ਆ ਏਸ਼ੀਅਨ ਲਾਈਨ, ਏਸ਼ੀਆਟਿਕ ਲਾਈਨ ਜਿਹੜਾ ਹੈਗਾ ਆ ਇਹ ਗਿਰ ਨੈਸ਼ਨਲ ਪਾਰਕ ਦੇ ਵਿੱਚ ਪਾਇਆ ਜਾਂਦਾ ਹੈ। ਗਿਰ ਨੈਸ਼ਨਲ ਪਾਰਕ ਹੈਗਾ ਆ ਸਾਡਾ ਗੁਜਰਾਤ ਦੇ ਵਿੱਚ, ਉੱਥੇ ਏਸ਼ੀਆਈ ਸ਼ੇਰ ਪਾਇਆ ਜਾਂਦਾ ਅਤੇ ਇਸਦੀ ਆਬਾਦੀ 100% ਭਾਰਤ ਵਿੱਚ ਹੀ ਪਾਈ ਜਾਂਦੀ ਹੈ, ਹੋਰ ਕਿਤੇ ਨਹੀਂ ਹੁੰਦਾ ਇਹ। ਨੌਵਾਂ ਕੁਸ਼ਚਨ ਹੈ, ਜੰਗਲਾਂ ਦੇ ਨਸ਼ਟ ਹੋਣ ਦਾ ਕੁਦਰਤੀ ਕਾਰਨ ਕਿਹੜਾ ਨਹੀਂ ਗਾ? ਭੁਚਾਲ, ਸੋਕਾ, ਕਰੋਨਾ, ਜੰਗਲ ਦੀ ਅੱਗ। ਭੁਚਾਲ ਕਰਕੇ ਜੰਗਲ ਨਸ਼ਟ ਹੋ ਸਕਦੇ ਆ, ਠੀਕ ਹੈ, ਸੋਕੇ ਕਰਕੇ ਵੀ ਹੋ ਸਕਦੇ ਆ, ਜੰਗਲਾਂ ਦੀ ਅੱਗ ਕਰਕੇ ਵੀ ਹੋ ਸਕਦੇ ਆ, ਕਰੋਨਾ ਦਾ ਇਸਦੇ ਉੱਪਰ ਕੋਈ ਪ੍ਰਭਾਵ ਨਹੀਂ। ਤਾਂ ਤੀਸਰਾ ਜਿਹੜਾ ਹੈਗਾ ਆ ਇਹ ਇਸਦਾ ਆਂਸਰ ਆਏਗਾ। ਦਸਵਾਂ ਹੈ, ਕੋਲੇ ਅਤੇ ਡੀਜ਼ਲ ਨੂੰ ਜਲਾਉਣ ਤੇ ਕਿਹੜੀ ਗੈਸ ਨਿਕਲਦੀ ਹੈ? ਕੋਲਾ ਅਤੇ ਡੀਜ਼ਲ ਜਲਾਉਣ ਤੇ ਆਕਸੀਜਨ ਨਹੀਂ ਨਿਕਲਦੀ। ਜੇਕਰ ਆਕਸੀਜਨ ਨਿਕਲਦੀ ਹੁੰਦੀ ਤਾਂ ਫਿਰ ਤਾਂ ਸਰਕਾਰ ਨੇ ਖੁੱਲ੍ਹੀ ਛੁੱਟੀ ਦੇ ਦੇਣੀ ਸੀ ਕਿ ਤੁਸੀਂ ਕੋਲਾ ਡੀਜ਼ਲ ਬਾਲੀ ਚੱਲੋ। ਨਾ ਨਾਈਟ੍ਰੋਜਨ ਨਿਕਲਦੀ ਆ, ਨਾ ਹਾਈਡ੍ਰੋਜਨ ਨਿਕਲਦੀ ਆ, ਇਹ ਕਿਹੜੀ ਗੈਸ ਹੁੰਦੀ ਹੈ? ਸਲਫਰ ਡਾਈਆਕਸਾਈਡ। ਅਤੇ ਸਲਫਰ ਡਾਈਆਕਸਾਈਡ ਕੀ ਹੈ? ਇੱਕ ਜ਼ਹਿਰੀਲੀ ਗੈਸ ਆ, ਇਹ ਕੀ ਕਰਦੀ ਆ? ਪ੍ਰਦੂਸ਼ਣ ਫੈਲਾਉਂਦੀ ਆ। ਗਿਆਰਵਾਂ ਕੁਸ਼ਚਨ, ਗੈਸ ਰਿਸਪੋਂਸੀਬਲ ਫੋਰ ਗ੍ਰੀਨ ਹਾਊਸ ਇਫੈਕਟ, ਗਲੋਬਲ ਵਾਰਮਿੰਗ ਵਾਸਤੇ ਕਿਹੜੀ ਗੈਸ ਜ਼ਿੰਮੇਵਾਰ ਹੈ?
ਗਲੋਬਲ ਵਾਰਮਿੰਗ ਦੇ ਲਈ ਕਾਰਬਨ ਡਾਈਆਕਸਾਈਡ ਜੋ ਗੈਸ ਹੈ ਇਹ ਜ਼ਿੰਮੇਵਾਰ ਹੁੰਦੀ ਆ। 12ਵਾਂ ਕੁਐਸਚਨ, ਕਾਜੀਰੰਗਾ ਨੈਸ਼ਨਲ ਪਾਰਕ ਕਿਸ ਜਾਨਵਰ ਲਈ ਮਸ਼ਹੂਰ ਹੈ? ਕਾਜੀਰੰਗਾ ਨੈਸ਼ਨਲ ਪਾਰਕ ਜਿਹੜਾ ਹੈਗਾ ਆ ਇਹ ਆਸਾਮ ਦੇ ਵਿੱਚ ਹੈ, ਆਸਾਮ ਸਟੇਟ ਦੇ ਵਿੱਚ ਹੈ ਤੇ ਫੇਮਸ ਕਿਹਦੇ ਵਾਸਤੇ ਹੈਗਾ? ਇਹ ਗੈਂਡੇ ਦੇ ਲਈ, ਖਾਸ ਕਰਕੇ ਇੱਕ ਸਿੰਗ ਵਾਲਾ ਜਿਹੜਾ ਗੈਂਡਾ ਆ ਉਹਦੇ ਲਈ ਇਹ ਫੇਮਸ ਹੈ, ਇਹ ਆਪਾਂ ਯਾਦ ਰੱਖਣਾ ਹੈ। 13ਵਾਂ ਕੁਐਸਚਨ, ਕਲਪਨਾ ਕਰੋ ਤੁਸੀਂ ਕਿਸੇ ਨਦੀ ਵਿੱਚ ਕੂੜਾ ਸੁੱਟਦੇ ਹੋਏ ਦੇਖਦੇ ਹੋ, ਕੋਈ ਜਣਾ ਨਦੀ 'ਚ ਕੂੜਾ ਸੁੱਟੀ ਜਾਂਦਾ ਹੈ ਤਾਂ ਸਭ ਤੋਂ ਵੱਧ ਜ਼ਿੰਮੇਵਾਰ ਕਾਰਵਾਈ ਕੀ ਹੋਊਗੀ? ਤੁਸੀਂ ਦੇਖ ਰਹੇ ਹੋ, ਤੁਸੀਂ ਕੀ ਕਾਰਵਾਈ ਕਰੋਗੇ, ਕੀ ਤੁਹਾਡੀ ਜ਼ਿੰਮੇਵਾਰੀ ਬਣਦੀ ਆ? ਇਹਨੂੰ ਨਜ਼ਰਅੰਦਾਜ਼ ਕਰੋ ਕਿਉਂਕਿ ਤੁਹਾਡੀ ਸਮੱਸਿਆ ਨਹੀਂ, ਨਹੀਂ ਗੁੱਸੇ ਨਾਲ ਵਿਅਕਤੀ ਦਾ ਸਾਹਮਣਾ ਕਰੋ, ਇਹ ਵੀ ਨਹੀਂ, ਅਗਲਾ ਵੀ ਤਾਂ ਫਿਰ ਤੁਹਾਡੇ ਦੋ ਲਾ ਸਕਦਾ ਹੈ। ਉਸ ਤੋਂ ਬਾਅਦ ਕੂੜਾ ਇਕੱਠਾ ਕਰੋ, ਇਸਦਾ ਸਹੀ ਢੰਗ ਨਾਲ ਨਿਪਟਾਰਾ ਕਰੋ, ਜੇਕਰ ਲੋੜ ਹੋਵੇ ਤਾਂ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕਰੋ। ਤਾਂ ਇਹ ਜੋ ਤੀਜੀ ਆਪਸ਼ਨ ਹੈ ਇਹ ਸਭ ਤੋਂ ਵਧੀਆ ਆ, ਉਹਨੇ ਕੂੜਾ ਸੁੱਟ ਵੀ ਦਿੱਤਾ ਤਾਂ ਤੁਸੀਂ ਉਸਨੂੰ ਇਕੱਠਾ ਕਰੋ, ਸਹੀ ਢੰਗ ਨਾਲ ਉਹਦਾ ਨਿਪਟਾਰਾ ਕਰ ਦਿਓ। ਜੇਕਰ ਕੂੜਾ ਜ਼ਿਆਦਾ ਆ ਤਾਂ ਤੁਸੀਂ ਸਥਾਨਕ ਅਧਿਕਾਰੀ ਹੈਗੇ ਨੇ ਉਹਨਾਂ ਨੂੰ ਸੂਚਿਤ ਕਰ ਸਕਦੇ ਹੋ, ਆਪਣੇ ਲੈਵਲ ਦੇ ਉੱਪਰ ਇਸਨੂੰ ਮੈਨੇਜ ਕਰਨਗੇ। 14ਵਾਂ ਕੁਐਸਚਨ, ਇੱਕ ਸਥਾਨਕ ਜੰਗਲ ਦੀ ਰੱਖਿਆ ਲਈ ਇੱਕ ਕਮਿਊਨਿਟੀ ਪ੍ਰੋਜੈਕਟ ਦਾ ਹਿੱਸਾ ਤੁਸੀਂ ਹੈਗੇ ਹੋ, ਪ੍ਰੋਜੈਕਟ ਦੀ ਉਪਯੋਗੀ ਗਤੀਵਿਧੀ ਕੀ ਹੈ? ਗੈਰ ਦੇਸੀ ਰੁੱਖ ਲਾਉਣੇ ਜੋ ਜਲਦੀ ਵੱਧਦੇ ਹਨ, ਨਹੀਂ, ਜੇਕਰ ਅਸੀਂ ਗੈਰ ਦੇਸੀ ਰੁੱਖ ਲਾਵਾਂਗੇ ਤਾਂ ਉਹ ਕੀ ਕਰਨਗੇ, ਜੋ ਸਾਡੇ ਦੇਸੀ ਰੁੱਖ ਨੇ ਉਸ ਖੇਤਰ ਦੇ ਉਹਨਾਂ ਨੂੰ ਕੀ ਕਰ ਦੇਣਗੇ, ਉਹ ਖਤਮ ਕਰ ਦੇਣਗੇ, ਤਾਂ ਇਹ ਆਪਸ਼ਨ ਬਿਲਕੁਲ ਵੀ ਸਹੀ ਨਹੀਂ। ਦੂਜਾ ਹੈ ਨਵੇਂ ਵਿਕਾਸ ਲਈ ਜੰਗਲਾਂ ਨੂੰ ਸਾਫ਼ ਕਰਨਾ, ਇਹ ਵੀ ਬਿਲਕੁਲ ਸਹੀ ਨਹੀਂ, ਜੰਗਲਾਂ ਦੀ ਤਾਂ ਆਪਾਂ ਰੱਖਿਆ ਕਰਨੀ ਹੈ, ਜੰਗਲ ਸਾਫ਼ ਥੋੜ੍ਹੀ ਕਰਨੇ ਆ। ਤੀਜਾ ਹੈ ਹਮਲਾਵਰ ਪੌਦਿਆਂ ਦੀਆਂ ਕਿਸਮਾਂ ਨੂੰ ਹਟਾਉਣਾ ਅਤੇ ਦੇਸੀ ਰੁੱਖ ਲਗਾਉਣੇ, ਤਾਂ ਇਹ ਬਿਲਕੁਲ ਸਹੀ ਆ, ਤੀਜੀ ਆਪਸ਼ਨ ਇਸਦਾ ਆਨਸਰ ਆਏਗਾ, ਚੌਥਾ ਵੀ ਇਸਦਾ ਸਹੀ ਨਹੀਂ ਸੀ। 15ਵਾਂ ਹੈ ਇੱਕ ਸਕੂਲ ਪ੍ਰੋਜੈਕਟ ਤੁਹਾਡੀ ਟੀਮ ਨੂੰ ਜੰਗਲੀ ਜੀਵ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੌਂਪਿਆ ਗਿਆ ਹੈ, ਕਿਹੜੀ ਰਣਨੀਤੀ ਸਭ ਤੋਂ ਪ੍ਰਭਾਵਸ਼ਾਲੀ ਹੋਏਗੀ? ਤੁਸੀਂ ਕਰਨਾ ਕੀ ਹੈ, ਜੰਗਲੀ ਜੀਵਾਂ ਦੀ ਸੁਰੱਖਿਆ ਕਰਨੀ ਆ, ਉਹਦੇ ਬਾਰੇ ਜਾਗਰੂਕਤਾ ਪੈਦਾ ਕਰਨੀ ਹੈ। ਤਾਂ ਆਪਸ਼ਨ ਹੈ ਲੁਪਤ ਹੋ ਰਹੀਆਂ ਨਸਲਾਂ ਉਹਨਾਂ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਵਾਲੀ ਪੋਸਟ ਬਣਾਉਣਾ, ਸਹੀ ਹੈ। ਵਿਦੇਸ਼ੀ ਪਾਲਤੂ ਜਾਨਵਰਾਂ ਨੂੰ ਖਰੀਦਣ ਲਈ ਵਿੱਤੀ ਸਹਾਇਤਾ ਦਾ ਆਯੋਜਨ ਕਰਨਾ, ਪਾਲਤੂ ਜਾਨਵਰ ਨਹੀਂ, ਅਸੀਂ ਜੰਗਲੀ ਜੀਵਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ, ਦੂਜਾ ਨਹੀਂ ਆਉਣਾ। ਸਹਿਪਾਠੀਆਂ ਨੂੰ ਸਥਾਨਕ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਲਈ ਉਤਸ਼ਾਹਿਤ ਕਰਨਾ, ਨਹੀਂ, ਸ਼ਿਕਾਰ ਕਰਾਂਗੇ ਤਾਂ ਉਹਨਾਂ ਦੀ ਪ੍ਰਜਾਤੀ ਖਤਮ ਹੋਊਗੀ। ਮੁੱਦੇ ਨੂੰ ਨਜ਼ਰਅੰਦਾਜ਼ ਕਰਨਾ, ਨਹੀਂ, ਇਹ ਵੀ ਨਹੀਂ। ਤਾਂ ਇਸਦਾ ਸਹੀ ਆਨਸਰ ਹੈ ਆਪਸ਼ਨ ਨੰਬਰ 1, ਪੋਸਟਰ ਬਣਾ ਕੇ ਜੋ ਲੁਪਤ ਹੋਣ ਵਾਲੀਆਂ ਪ੍ਰਜਾਤੀਆਂ ਉਹਨਾਂ ਬਾਰੇ ਸਾਨੂੰ ਦੱਸਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਸ਼ਿਕਾਰ ਘੱਟ ਹੋ ਸਕੇ, ਉਹਨਾਂ ਦੇ ਬਚਾਅ ਵਾਸਤੇ ਅਸੀਂ ਕੋਈ ਨਾ ਕੋਈ ਜਿਹੜਾ ਹੈਗਾ ਆ ਬੰਦੋਬਸਤ ਕਰ ਸਕੀਏ। ਇਹ ਟੋਟਲ 15 ਕੁਐਸਚਨ ਸੀ ਸਾਡੇ ਇਸ ਵੀਡੀਓ ਦੇ। ਧੰਨਵਾਦ ਵੀਡੀਓ ਨੂੰ ਦੇਖਣ ਲਈ, ਅਤੇ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ ਜੀ।